ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਵਾਗਤ ਹੈ ਤੁਹਾਡਾ ਆਪਣੇ ਯੂਟਿਊਬ ਚੈਨਲ 'ਤੇ। ਇੰਡੀਅਨ ਪੋਸਟ ਜੀ ਡੀ ਐੱਸ ਦੀ ਵੈਕੈਂਸੀ ਆ ਚੁੱਕੀ ਆ ਜੀ, ਪੋਸਟ ਆਫਿਸ ਡਿਪਾਰਟਮੈਂਟ ਅੰਦਰ ਕੀ ਵੈਕੈਂਸੀ ਆ ਚੁੱਕੀ ਆ ਜੀ ਡਾਕ ਸੇਵਕ ਦੀ, ਅਤੇ ਫਾਰਮ ਭਰਨੇ 27 ਜਨਵਰੀ ਤੋਂ ਸਟਾਰਟ ਆ, ਲਾਸਟ ਡੇਟ ਹੈਗੀ ਆ ਜੀ 16 ਫਰਵਰੀ, ਅਤੇ ਟੋਟਲ ਹੈਗੀਆਂ ਜੀ 40,899 ਵੈਕੈਂਸੀਆਂ ਨੇ ਜੀ, ਅਤੇ ਕਿ ਆਲ ਇੰਡੀਆ ਦੇ ਕੈਂਡੀਡੇਟਸ ਐਲੀਜੀਬਲ ਆ ਜੀ, ਅਤੇ ਹਰੇਕ ਸਟੇਟ ਦੀ ਆਪਣੀ ਵੱਖਰੀ ਵੱਖਰੀ ਵੈਕੈਂਸੀ ਆ ਜੀ, ਅਤੇ ਮੈਂ ਤੁਹਾਨੂੰ ਉਹ ਵੀ ਵੈਕੈਂਸੀ ਦਿਖਾਉਣਾ ਜੀ, ਅਤੇ ਤੁਸੀਂ ਦੇਖ ਵੀ ਸਕਦੇ ਹੋ ਇੰਡੀਅਨ ਪੋਸਟ ਜੀ ਡੀ ਐੱਸ ਦੀ ਸਾਈਟ 'ਤੇ ਜਾ ਕੇ, ਤੁਹਾਨੂੰ ਸ਼ਡਿਊਲ 1 ਦਿਖ ਰਿਹਾ ਹੋਊਗਾ ਜੀ ਡੀ ਐੱਸ ਔਨਲਾਈਨ ਵਾਲਾ, ਅਤੇ ਨੰਬਰ ਆਫ ਪੋਸਟ ਹੈਗੀਆਂ ਜੀ 40,899, ਅਤੇ ਬਹੁਤ ਹੀ ਜ਼ਿਆਦਾ ਪੋਸਟਾਂ ਨੇ ਜੀ, ਅਤੇ 27 ਤਰੀਕ ਤੋਂ ਫਾਰਮ ਭਰਨੇ ਸਟਾਰਟ ਵਾ ਜੀ, ਅਤੇ ਜਲਦੀ ਮੈਂ ਅਪਲਾਈ ਕਰਨ ਦੀ ਵੀਡੀਓ ਵੀ ਤੁਹਾਨੂੰ ਜਲਦੀ ਪ੍ਰੋਵਾਈਡ ਕਰਾਂਗਾ ਜੀ, ਅਤੇ ਤੁਸੀਂ ਜਾਣਾ ਜੀ ਨੋਟੀਫਿਕੇਸ਼ਨ 'ਤੇ, ਅਤੇ ਨੋਟੀਫਿਕੇਸ਼ਨ 'ਤੇ ਜਾ ਕੇ ਤੁਸੀਂ ਸਰਕਲ ਵਾਈਜ਼ ਪੋਸਟ ਨੋਟੀਫਾਈਡ ਜਿਹੜੇ ਲਿਖਿਆ ਹੋਇਆ ਉਹਨੂੰ ਕਲਿੱਕ ਕਰੋਗੇ, ਤਾਂ ਤੁਸੀਂ ਦੇਖ ਸਕਦੇ ਹੋ ਜੀ ਸਾਰੇ ਹੀ ਰਾਜਾਂ ਦੇ ਅੰਦਰ ਜਿਹੜੀਆਂ ਨੇ ਵੈਕੈਂਸੀਆਂ ਜੀ ਉਹ ਵੰਡ ਕੀਤੀ ਗਈ ਆ ਜੀ। ਅਤੇ ਜਿੱਦਾਂ ਆਪਾਂ ਪੰਜਾਬ ਦੀ ਗੱਲ ਕਰਦੇ ਹਾਂ ਜੀ, 24 ਨੰਬਰ ਪੇਜ 'ਤੇ ਆ ਜੀ, ਅਤੇ ਉਹਦੇ ਲੋਕਲ ਲੈਂਗੁਏਜ ਦੇ ਅਕੋਰਡਿੰਗ, ਅਤੇ ਆਪਣੀਆਂ 760 ਵੈਕੈਂਸੀਆਂ ਨੇ ਜੀ ਪੰਜਾਬ ਦੀਆਂ, ਅਤੇ ਟੋਟਲ 40,899 ਪੋਸਟਾਂ ਨੇ, ਅਤੇ ਬਾਕੀ ਇਹਦੇ ਲਈ ਕੀ ਐਲੀਜੀਬਿਲਿਟੀ ਆ, ਕੌਣ ਕੌਣ ਅਪਲਾਈ ਕਰ ਸਕਦਾ ਉਹਦੇ ਬਾਰੇ ਆਪਾਂ ਦੇਖਦੇ ਹਾਂ ਜੀ। ਅਤੇ ਜਿੱਦਾਂ ਫਾਰਮ ਭਰਨੇ ਦੱਸ ਹੀ ਚੁੱਕਿਆ ਜੀ, ਅਤੇ ਇਹਦੇ ਅੰਦਰ ਜਿਹੜੀ ਵੈਕੈਂਸੀਆਂ ਨੇ ਜੀ BPM ਦੀਆਂ ਨੇ ਜੀ, ਅਤੇ ਡਾਕ ਸੇਵਕ ਦੀਆਂ ਨੇ, ਅਤੇ BPM ਦੀਆਂ ਹੈਗੀਆਂ ਜੀ ਜਿਹੜੀ ਆਪਣੀ ਸੈਲਰੀ ਮਿਲੂਗੀ ਜੀ 12,000 ਤੋਂ ਲੈ ਕੇ 29,380 ਤੱਕ ਜਾਊਗੀ ਜੀ, ਅਤੇ ਡਾਕ ਸੇਵਕ ਦੀ 10,000 ਤੋਂ ਸਟਾਰਟ ਹੋ ਜਾਊਗੀ ਜੀ, ਅਤੇ 24,470 ਤੱਕ ਜਾਊਗੀ। ਅਤੇ ਐਰਕੀ ਇਹਨਾਂ ਨੇ ਏਜ਼ ਦੇ ਵਿੱਚ ਵਾਧਾ ਕੀਤਾ ਗਿਆ ਜੀ, ਅਤੇ ਕਿਹੜੇ ਕਿਹੜੇ ਤੁਹਾਡੇ ਕੰਮ ਹੁੰਦੇ ਨੇ BPM ਦੇ ਡਾਕ ਸੇਵਕ ਦੇ ਉਹਦੇ ਬਾਰੇ ਦੱਸਿਆ ਜੀ, ਉਹ ਤੁਸੀਂ ਨੋਟੀਫਿਕੇਸ਼ਨ ਦੇ ਵਿੱਚੋਂ ਦੇਖ ਸਕਦੇ ਹੋ ਜੀ। ਅਤੇ ਕਈਆਂ ਦਾ ਕੰਮ ਹੁੰਦਾ ਕਿ ਡਾਕ ਤਾਂ ਡਾਕ ਹੀ ਇਕੱਲਾ ਵੰਡਦਾ ਹੁੰਦਾ, ਕਈਆਂ ਦਾ ਕੁਛ ਹੋਰ ਵੀ ਕੰਮ ਹੁੰਦਾ ਜਿੱਦਾਂ ਪੈਸੇ ਵਗੈਰਾ ਜਮ੍ਹਾਂ ਕਰਨੇ ਜਾਂ ਹੋਰ ਵੀ ਕੰਮ। ਅਤੇ ਇਹਦੇ ਲਈ ਜਿਹੜੀ ਪੋਸਟ ਦੀ ਆਪਾਂ ਏਜ਼ ਦੀ ਗੱਲ ਕਰਦੇ ਹਾਂ ਜੀ, ਮਿਨੀਮਮ 18 ਸਾਲ, ਵੱਧ ਤੋਂ ਵੱਧ 40 ਸਾਲ ਏਜ਼ ਮੰਗੀ ਗਈ ਆ ਜੀ। ਬਾਕੀ SC ST OBC ਨੂੰ ਛੋੜ ਮਿਲਦੀ, ਜਿੱਦਾਂ SC ST ਨੂੰ 5 ਸਾਲ ਦੀ, OBC ਨੂੰ 3 ਸਾਲ ਦੀ, ਅਤੇ EWS ਨੂੰ ਕੋਈ ਨਹੀਂ ਰਿਲੈਕਸੇਸ਼ਨ ਮਿਲਦੀ। ਤਾਂ ਫਿਜੀਕਲ ਹੈਂਡੀਕੈਪ ਪਰਸਨ ਨੂੰ ਮਿਲਦੀ ਆ 10 ਸਾਲ ਦੀ ਜੇ SC ਦੇ ਵਿੱਚ ਆ, ਫਿਰ 15 ਸਾਲ ਦੀ ਜੇ OBC ਦਾ ਹੈਂਡੀਕੈਪ ਆ ਜੀ, ਉਹਨੂੰ 13 ਸਾਲ ਦੀ ਛੋਟ ਮਿਲਦੀ ਆ ਜੀ। ਤਾਂ ਜਿਸ ਵੀ ਸਟੇਟ ਦੇ ਵਿੱਚ ਅਪਲਾਈ ਕਰ ਰਹੇ ਹੋ ਤੁਹਾਨੂੰ ਉਸ ਦੇ ਵਿੱਚ ਹੀ ਰਿਲੈਕਸੇਸ਼ਨ ਮਿਲੂਗੀ, ਜੇ ਤੁਸੀਂ ਅਦਰ ਸਟੇਟ ਦੇ ਵਿੱਚ ਅਪਲਾਈ ਕਰ ਰਹੇ ਹੋ ਫਿਰ ਨਹੀਂ। ਅਤੇ ਪਹਿਲਾਂ ਜਿਹੜੀ ਪਹਿਲ ਦਿੱਤੀ ਜਾਣੀ ਆ ਜੀ ਸਟੇਟ ਵਾਈਜ਼, ਉਹਨਾਂ ਦੇ ਵਸਨੀਕਾਂ ਨੂੰ ਹੀ ਦਿੱਤੀ ਜਾਣੀ ਆ ਜੀ। ਅਤੇ ਕੁਆਲੀਫਿਕੇਸ਼ਨ ਦੀ ਗੱਲ ਕਰਦੇ ਹਾਂ ਜੀ, 10ਵੀਂ BSA ਦੇ ਲਈ ਕੁਆਲੀਫਿਕੇਸ਼ਨ ਆ, ਅਤੇ ਜਿਹੜਾ ਵੀ ਕੈਂਡੀਡੇਟ 10ਵੀਂ ਪਾਸ ਆ ਜੀ ਉਹ ਅਪਲਾਈ ਕਰ ਸਕਦਾ ਜੀ। ਅਤੇ ਲੋਕਲ ਲੈਂਗੁਏਜ ਤੁਹਾਨੂੰ ਆਉਣੀ ਚਾਹੀਦੀ ਆ ਜੀ, ਠੀਕ ਆ ਜੀ। ਅਤੇ ਤੁਹਾਨੂੰ ਨੌਲੇਜ ਹੋਣੀ ਚਾਹੀਦੀ ਆ ਜੀ, ਕੰਪਿਊਟਰ ਚਲਾਉਣਾ ਆਉਣਾ ਚਾਹੀਦਾ, ਸਾਈਕਲਿੰਗ ਆਉਣੀ ਚਾਹੀਦੀ ਆ ਜੀ, ਠੀਕ ਆ। ਅਤੇ ਉਹ ਬਾਕੀ ਤੁਸੀਂ ਨੋਟੀਫਿਕੇਸ਼ਨ ਵਿੱਚ ਸਾਰੀਆਂ ਚੀਜ਼ਾਂ ਦੇਖ ਸਕਦੇ ਹੋ। ਅਤੇ ਅਪਲਾਈ ਤੁਸੀਂ ਔਨਲਾਈਨ ਮੋਡ ਰਾਹੀਂ ਕਰ ਸਕਦੇ ਹੋ ਜੀ, ਅਤੇ ਬਾਕੀ ਇਹਦਾ ਆਫਲਾਈਨ ਕੋਈ ਨਹੀਂ ਹੈਗਾ। ਅਤੇ ਇਹਦੀ ਜਿਹੜੀ ਸਿਲੈਕਸ਼ਨ ਪ੍ਰੋਸੈਸ ਆ ਜੀ, ਉਹ ਤੁਹਾਡੇ 10ਵੀਂ ਦੇ ਜਿੰਨੇ ਮਾਰਕਸ ਆਏ ਹੋਣਗੇ ਜੀ ਉਹਦੇ ਅਕੋਰਡਿੰਗ ਤੁਹਾਡੀ ਤੁਹਾਡੀ ਸਿਲੈਕਸ਼ਨ ਹੁੰਦੀ ਆ ਜੀ। ਅਤੇ ਜੇ ਤੁਹਾਡੇ ਗ੍ਰੇਡ ਆਏ ਆ ਜੀ, ਅਤੇ ਤੁਹਾਨੂੰ ਕਿੰਨੇ ਮਲਟੀਪਲ ਫੈਕਟਰ ਹੈਗੇ ਆ ਉਹਦੇ ਬਾਰੇ ਦੱਸਿਆ ਗਿਆ ਜੀ, ਜਿਨ੍ਹਾਂ ਦੇ ਗ੍ਰੇਡਾਂ ਦੇ ਵਿੱਚ ਨੰਬਰ ਹੈਗੇ ਆ ਜਾਂ CGPA ਦੇ ਵਿੱਚ ਹੈਗੇ ਆ। ਅਤੇ ਤੁਹਾਡੀ 10ਵੀਂ ਦੇ ਬੇਸ 'ਤੇ ਸਿਲੈਕਸ਼ਨ ਹੁੰਦੀ ਆ ਜੀ, ਜਿੰਨੇ ਤੁਹਾਡੇ ਨੰਬਰ ਜ਼ਿਆਦਾ ਹੋਣਗੇ ਉਹਦੇ ਬੇਸ 'ਤੇ, ਠੀਕ ਆ ਜੀ। ਅਤੇ ਉਹਦੇ ਅਕੋਰਡਿੰਗ ਫਿਰ ਤੁਹਾਡੀ ਜਲਦੀ ਜਦੋਂ ਫੋਰਮ ਦੀ ਲਾਸਟ ਡੇਟ ਖਤਮ ਹੋ ਜਾਂਦੀ ਆ, 1-2 ਮੰਥ ਅੰਦਰ ਤੁਹਾਨੂੰ ਲਿਸਟਾਂ ਆਉਣੀ ਸਟਾਰਟ ਹੋ ਜਾਂਦੀਆਂ ਨੇ। ਅਤੇ ਬਾਕੀ ਇਹ ਤੁਸੀਂ ਦੇਖ ਸਕਦੇ ਹੋ। ਅਤੇ ਜਿਹੜਾ ਵੀ ਕੈਂਡੀਡੇਟ ਅਪਲਾਈ ਕਰਿਆ ਜੀ, ਉਹ ਕਿਸ ਤਰ੍ਹਾਂ ਦਾ ਉਹਨਾਂ ਸਰਟੀਫਿਕੇਟ ਬਣੇ ਹੋਣੇ ਚਾਹੀਦੇ ਆ ਜੀ, ਉਹਨਾਂ ਦੇ ਫਾਰਮੈਟ ਦੱਸੇ ਗਏ ਨੇ, ਉਹਦੇ ਅਕੋਰਡਿੰਗ ਤੁਸੀਂ ਆਪਣੇ ਸਰਟੀਫਿਕੇਟ ਚੈੱਕ ਕਰ ਲੈਣੇ ਆ ਜੀ। ਜੇ ਤੁਹਾਡਾ ਇੱਦਾਂ ਦਾ ਸਰਟੀਫਿਕੇਟ ਨਹੀਂ ਬਣਿਆ ਜੀ, ਤੁਸੀਂ ਉੱਦਾਂ ਦੇ ਬਣਾਉਣੇ ਆ ਜੀ। ਅਤੇ ਇਹਦੀ ਐਪਲੀਕੇਸ਼ਨ ਫੀਸ ਦੀ ਗੱਲ ਕਰਦੇ ਹਾਂ ਜੀ, ਬਾਕੀ ਇਹ ਜਦੋਂ ਤੁਸੀਂ ਅਪਲਾਈ ਕਰੋਗੇ ਤੁਹਾਡੀ ਫੋਟੋ ਦਾ ਸਾਈਜ਼ ਹੋਣਾ ਚਾਹੀਦਾ 50 KB ਤੱਕ, ਉਹ ਤੋਂ ਵੱਧ ਨਹੀਂ ਹੋਣਾ ਚਾਹੀਦਾ, ਅਤੇ ਸਿਗਨੇਚਰ ਦਾ 20 KB ਤੋਂ। ਅਤੇ ਐਪਲੀਕੇਸ਼ਨ ਫੀਸ ਆ ਜੀ ਉਹ ਆਪਾਂ ਗੱਲ ਕਰਦੇ ਹਾਂ, ਅਤੇ 100 ਰੁਪਇਆ ਫੀਸ ਆ ਜੀ। ਅਤੇ ਬਾਕੀ ਜਿਹੜੇ SC ST ਜਿਹੜੇ PW ਕੈਂਡੀਡੇਟ ਆ ਉਹਨਾਂ ਦੀ ਕੋਈ ਫੀਸ ਨਹੀਂ ਆ ਜੀ, ਬਾਕੀ ਸਭ ਦੀ 100 ਰੁਪਇਆ ਫੀਸ ਆ ਜੀ। ਅਤੇ ਜਿਹੜਾ ਵੀ ਕੈਂਡੀਡੇਟ ਅਪਲਾਈ ਕਰਨਾ ਚਾਹੁੰਦਾ ਜੀ ਕਰ ਸਕਦਾ ਵਾ, ਅਤੇ ਨੋਟੀਫਿਕੇਸ਼ਨ ਮੈਂ ਟੈਲੀਗ੍ਰਾਮ ਗਰੁੱਪ 'ਤੇ ਪਾ ਦਾਂਗਾ। ਅਤੇ ਬਹੁਤ ਹੀ ਜ਼ਿਆਦਾ ਵਧੀਆ ਪੋਸਟਾਂ ਨੇ ਜੀ, ਅਤੇ ਪੰਜਾਬ ਦੀਆਂ 760 ਨੇ, ਉੱਦਾਂ 40,899 ਪੋਸਟਾਂ ਨੇ, ਅਤੇ 10ਵੀਂ BSA ਰਿਕਰੂਟਮੈਂਟ ਆ ਜੀ, ਜਿਹੜਾ ਵੀ ਅਪਲਾਈ ਕਰਨਾ ਚਾਹੁੰਦਾ ਜੀ ਕਰ ਸਕਦਾ।